ਪਿਆਰੇ ਵਿਦਿਆਰਥੀਓ ਗੁੱਡ ਮਾਰਨਿੰਗ ਅੱਜ ਆਪਾਂ ਜਰਨਲ ਐਂਟਰੀਜ਼ ਨੂੰ ਹੋਰ ਅੱਗੇ ਕਰਦੇ ਆਂ ਕੱਲ ਦੇ ਲੈਕਚਰ ਦੇ ਵਿੱਚ ਅਸੀਂ ਪਰਚੇਸ ਦੀਆਂ ਜਰਨਲ ਐਂਟਰੀਜ਼ ਕੀਤੀ ਅਸੀਂ ਅੱਜ ਸੇਲਜ਼ ਦੀ ਗੱਲ ਅਸੀਂ ਕਰਾਂਗੇ ਤਾਂ ਮੇਰੀ ਪਹਿਲੀ ਜਿਹੜੀ ਸਟੇਟਮੈਂਟ ਹੈ ਸੇਲਜ਼ ਬਾਰੇ ਉਹ ਹੈ ਗੁੱਡਸ ਵਾਰਥ ਰੁਪੀਸ 5000 ਵਰ ਸੋਲਡ ਕੀ ਆ ਗਿਆ ਇਹਦੇ ਵਿੱਚ 5000 ਰੁਪਏ ਦੀਆਂ ਵਸਤੂਆਂ ਵੇਚੀਆਂ ਇੱਕ ਹੋ ਗਿਆ ਗੁੱਡਸ ਦੂਜਾ ਹੋ ਗਿਆ 5000 ਰੁਪਿਆ ਮੈਂ ਤੁਹਾਨੂੰ ਦੱਸਿਆ ਸੀ ਗੁੱਡਸ ਕੀ ਨੇ ਕੋਈ ਵੀ ਉਹ ਚੀਜ਼ ਜਿਹੜੀ ਬਿਜ਼ਨਸ ਦੇ ਵਿੱਚ ਵੇਚੀ ਜਾਂ ਖਰੀਦੀ ਜਾਂਦੀ ਆ ਤਾਂ ਜਿਵੇਂ ਅਸੀਂ ਖਰੀਦਣ ਵੇਲੇ ਗੁੱਡਸ ਦੀ ਬਜਾਏ ਪਰਚੇਸ ਨੂੰ ਡੈਬਿਟ ਕੀਤਾ ਸੀ ਹੁਣ ਜਦੋਂ ਵੇਚਾਂਗੇ ਤਾਂ ਹੁਣ ਅਸੀਂ ਸੇਲਜ਼ ਨੂੰ ਕ੍ਰੈਡਿਟ ਕਰਾਂਗੇ ਯਾਦ ਰੱਖਣੀ ਆ ਜਦੋਂ ਖਰੀਦਣੀਆਂ ਨੇ ਗੁੱਡਸ ਪਰਚੇਸ ਡੈਬਿਟ ਹੁੰਦੀ ਆ ਜਦੋਂ ਗੁੱਡਸ ਵੇਚਿਆ ਜਾਣਗੀਆਂ ਸੇਲ ਕ੍ਰੈਡਿਟ ਹੁੰਦੀ ਆ ਤਾਂ ਹੁਣ ਸਾਡੇ ਕੋਲੇ ਦੋ ਅਕਾਊਂਟ ਹੋ ਗਏ ਇੱਕ ਗੁੱਡਸ ਦਾ ਇੱਕ ਪੈਸਿਆਂ ਦਾ ਗੁੱਡਸ ਕੀ ਨੇ ਸਾਡੇ ਕੋਲੋਂ ਜਾ ਰਹੀਆਂ ਨੇ ਰੂਲ ਕੀ ਸੀ ਡੈਬਿਟ ਬਟ ਕਮਜ਼ ਇਨ ਕ੍ਰੈਡਿਟ ਬਟ ਗੋਜ਼ ਆਊਟ ਤੇ ਦੂਜੇ ਪਾਸੇ ਕੈਸ਼ ਵੀ ਕੀ ਆ ਰੀਅਲ ਅਕਾਊਂਟ ਆ ਕੈਸ਼ ਸਾਡੇ ਕੋਲੇ ਕੀ ਆ ਆ ਰਿਹਾ ਤਾਂ ਐਂਟਰੀ ਬੜੀ ਸੁਖਾਲੀ ਜੀ ਬਣ ਗਈ ਹੁਣ ਕਿਉਂਕਿ ਤੁਸੀਂ ਕੱਲ ਇਹਦੇ ਨਾਲ ਦੀ ਗੱਲ ਸਮਝ ਚੁੱਕੇ ਹੋ ਤਾਂ ਸਾਡੀ ਐਂਟਰੀ ਕੀ ਬਣ ਜੂਗੀ ਐਂਟਰੀ ਸਾਡੀ ਬਣ ਜੂ ਕੈਸ਼ ਅਕਾਊਂਟ ਡੈਬਿਟ ਟੂ ਸੇਲਜ਼ ਅਕਾਊਂਟ ਅਸੀਂ ਸਾਹਮਣੇ ਦੋਨੋਂ ਬਸ ਡੈਬਿਟ ਕ੍ਰੈਡਿਟ ਜਿਹੜਾ ਲੈਜਰ ਦੇ ਸਾਡੇ ਕਾਲਮ ਨੇ ਉਹਨਾਂ 'ਚ 5-5000 ਰੁਪਏ ਪਾ ਦਾਂਗੇ ਕੈਸ਼ ਅਕਾਊਂਟ ਡੈਬਿਟ ਟੂ ਸੇਲਜ਼ ਅਕਾਊਂਟ ਨਰੇਸ਼ਨ ਕੀ ਬਣ ਗਈ ਫਿਰ ਇਹਦੇ ਵਿੱਚ ਹੀ ਬਣਾ ਲੈਣੀ ਆ ਬੀਇੰਗ ਗੁੱਡਸ ਸੋਲਡ ਫਾਰ ਕੈਸ਼ ਕੈਸ਼ ਅਸੀਂ ਕੀ ਕੀਤਾ ਵਸਤੂਆਂ ਵੇਚੀਆਂ ਹੁਣ ਇਦੋਂ ਅਗਲੀ ਆਪਾਂ ਹੋਰ ਗੱਲ ਕਰਦੇ ਹਾਂ ਇਹਦੇ ਵਿੱਚ ਬਿਲਕੁਲ ਉਸੇ ਰੂਪ ਦੀ ਗੱਲ ਹੀ ਹੋਊਗੀ ਜਿਹੜੀ ਪਹਿਲਾਂ ਕੀਤੀ ਸੀਗੀ ਹੁਣ ਦੂਜੀ ਸਾਡੀ ਕੀ ਬਣ ਗਈ ਸਾਡੇ ਕੋਲੇ ਐਂਟਰੀ ਬਣ ਜਾਂਦੀ ਆ ਗੁੱਡਸ ਵਰਥ ਰੁਪੀਸ ਵਰ ਸੋਲਡ ਟੂ ਮਿਸਟਰ ਰਾਮ ਫਾਰ ਕੈਸ਼ 7000 ਰੁਪਏ ਦੀਆਂ ਵਸਤੂਆਂ ਮਿਸਟਰ ਰਾਮ ਨੂੰ ਕੈਸ਼ ਵੇਚੀਆਂ ਜਿਵੇਂ ਮੈਂ ਕੱਲ ਪਰਚੇਜ਼ ਵੇਲੇ ਗੱਲ ਸਮਝਾਈ ਸੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਰਾਮ ਨੂੰ ਵੇਚੀਆਂ ਨੇ ਕਾ ਰਾਜਨ ਨੂੰ ਵੇਚੀਆਂ ਨੇ ਕੋ ਸੁਰਿੰਦਰ ਨੂੰ ਵੇਚੀਆਂ ਨੇ ਕਿਉਂਕਿ ਸਾਡੇ ਕੋਲੇ ਕੀ ਹੋਇਆ ਸਾਡੇ ਕੋਲ ਗੁੱਡਸ ਚਲੀਆਂ ਗਈਆਂ ਤੇ ਸਾਡੇ ਕੋਲੇ ਕੈਸ਼ ਆ ਗਿਆ ਬੜੀ ਸਿੰਪਲ ਐਂਟਰੀ ਪਹਿਲੇ ਵਾਲੀ ਐਂਟਰੀ ਬਣ ਗਈ ਜਿਹਨੂੰ ਮਰਜੀ ਵੇਚੀਆਂ ਨੇ ਸਾਡਾ ਸਰੋਕਾਰ ਕੀ ਆ ਸਾਡਾ ਸਰੋਕਾਰ ਹੋ ਗਿਆ ਕਿ ਸਾਡੇ ਕੋਲੇ ਕੈਸ਼ ਆ ਗਿਆ ਤਾਂ ਐਂਟਰੀ ਕੀ ਬਣ ਜੂ ਕੈਸ਼ ਅਕਾਊਂਟ ਡੈਬਿਟ ਟੂ ਸੇਲਜ਼ ਅਕਾਊਂਟ ਤੇ ਸਾਹਮਣੇ ਪੈਸੇ ਕਿੰਨੇ ਵੇਚਣਗੇ 7000 ਰੁਪਏ ਇੱਥੇ ਵੇਚੂਗਾ 7000 ਰੁਪਏ ਇੱਥੇ ਵੇਚੂਗਾ ਨਰੇਸ਼ਨ ਲਿਖ ਦਿਓ ਕੈਸ਼ ਅਕਾਊਂਟ ਡੈਬਿਟ ਟੂ ਸੇਲਜ਼ ਅਕਾਊਂਟ ਜਦੋਂ ਐਂਟਰੀ ਕਰਤੀ ਤਾਂ ਨਰੇਸ਼ਨ ਬਣਾਵਾਂਗੇ ਬੀਇੰਗ ਗੁੱਡਸ ਸੋਲਡ ਫਾਰ ਕੈਸ਼ ਜੇ ਨਾਲ ਪਾਉਣਾ ਆਰਾਮ ਪਾ ਦਿਓ ਨਹੀਂ ਪਾਉਣਾ ਨਾ ਪਾਓ ਆਰਾਮ ਪਾ ਦਿਓਗੇ ਥੋੜੀ ਜੀ ਡਿਟੇਲ ਸਾਡੇ ਕੋਲੇ ਰਹਿੰਦੀ ਹੈ ਯਾਦ ਰਹੂਗਾ ਕਿ ਅਸੀਂ ਕੀ ਸਾਨੂੰ ਵੇਚੀਆਂ ਸੀ ਜੇ ਕੱਲ ਨੂੰ ਵਾਪਸ ਕਰਦਾਗਾ ਤਾਂ ਸਾਨੂੰ ਉਸ ਗੱਲ ਦੀ ਪਹਿਚਾਨ ਹੋ ਸਕਦੀ ਹੈ ਇਸ ਤੋਂ ਅੱਗੇ ਤੀਜੀ ਜਿਹੜੀ ਸਿਚੁਏਸ਼ਨ ਬਣੀ ਹੈ ਜੇ ਹੁਣ ਮੈਂ ਇਹਨੂੰ ਕਰਾਂ ਉਹੀ ਰਕਮ ਰੱਖਦੇ ਆ ਹੁਣ ਮੈਂ ਇੱਥੇ ਕਰਦੇ ਆ ਅਫਰ ਕੈਸ਼ ਇਥੋਂ ਉਡਾਦੇ ਆ ਕੈਸ਼ ਮੈਂ ਇਥੋਂ ਉਡਾਤਾ ਐਂਟਰੀ ਬਣ ਗਈ ਗੁੱਡਸ ਵਰਥ ਰੁਪੀਸ 7000 ਵਰ ਸੋਲਡ ਟੂ ਮਿਸਟਰ ਰਾਮ ਹੁਣ ਸਾਡੇ ਕੋਲ ਕੁਝ ਨਹੀਂ ਲਿਖਿਆ ਵੀ ਇਹ ਕੈਸ਼ ਵੇਚੀਆਂ ਨੇ ਉਧਾਰ ਵੇਚੀਆਂ ਨੇ ਸਾਨੂੰ ਕਹਤਾ ਕਿ 7000 ਰੁਪਏ ਦੀਆਂ ਚੀਜ਼ਾਂ ਆਰਾਮ ਨੂੰ ਵੇਚਤੀਆਂ ਜਿਵੇਂ ਕੱਲ ਪਰਚੇਜ਼ ਚ ਮੰਨਿਆ ਸੀ ਇਦਾਂ ਹੀ ਯਾਦ ਰੱਖਣਾ ਜਦੋਂ ਸਾਨੂੰ ਕੁਝ ਵੀ ਨਹੀਂ ਲਿਖਿਆ ਕਿ ਕੈਸ਼ ਨੇ ਜਾਂ ਕਿਵੇਂ ਨੇ ਨਾਮ ਲਿਖਤਾ ਤਾਂ ਅਸੀਂ ਮੰਨਾਂਗੇ ਕਿ ਇਹ ਵਸਤੂਆਂ ਉਧਾਰ ਵੇਚੀਆਂ ਨੇ ਕੀ ਮੰਨਾਂਗੇ ਇਹ ਵਸਤੂਆਂ ਉਧਾਰ ਵੇਚੀਆਂ ਨੇ ਤਾਂ ਹੁਣ ਸਾਡੇ ਕੋਲੇ ਅਕਾਊਂਟ ਕਿਹੜੇ ਕਿਹੜੇ ਇਨਵੋਲਵ ਹੋਗੇ ਇੱਕ ਤਾਂ ਗੁੱਡਸ ਦਾ ਹੋ ਗਿਆ ਹੁਣ ਕੈਸ਼ ਨਹੀਂ ਹੋਇਆ ਕਿਉਂਕਿ ਕੈਸ਼ ਸਾਡੇ ਕੋਲੇ ਆਯਾਨੀ ਦੂਜਾ ਅਕਾਊਂਟ ਕਿਹੜਾ ਹੋ ਗਿਆ RAM ਦਾ ਗੁੱਡਸ ਕਿਹੜਾ ਬਣ ਗਿਆ ਰੀਅਲ ਅਕਾਊਂਟ RAM ਕਿਹੜਾ ਬਣ ਗਿਆ ਪਰਸਨਲ ਹੁਣ ਇੱਥੇ RAM ਕੀ ਆ GIVER ਆ ਜਾਂ RECEIVER ਆ ਇੱਥੇ RAM ਕੀ ਆ RECEIVER ਆ RAM ਵਸਤੂਆਂ ਨੂੰ ਰੀਸੀਵ ਕਰ ਰਿਹਾ RAM ਵਸਤੂਆਂ ਨੂੰ ਉਧਾਰ ਖਰੀਦ ਰਿਹਾ ਤਾਂ ਸਾਡੀ ਐਂਟਰੀ ਬੜੀ ਸੁਖਾਲੀ ਬਣ ਗਈ RAM ਅਕਾਊਂਟ ਡੈਬਿਟ ਟੂ ਸੇਲਜ਼ ਅਕਾਊਂਟ ਰਾਮ ਕਾਉਂਟ ਡੈਬਿਟ ਟੂ ਸੇਲਜ਼ ਅਕਾਊਂਟ ਅਮਾਉਂਟ ਹੋਣੇ ਪੈਜੂ 7700 ਹੁਣ ਅਸੀਂ ਨਰੇਸ਼ਨ ਲਿਖ ਦਾਂਗੇ ਬੀਇੰਗ ਗੁੱਡਸ ਸੋਲਡ ਟੂ ਰਾਮ ਔਨ ਕ੍ਰੈਡਿਟ ਰਾਮ ਨੂੰ ਉਧਾਰ ਵਸਤੂਆਂ ਵੇਚੀਆਂ ਹੁਣ ਫਿਰ ਰਾਮ ਸਾਡਾ ਕੀ ਬਣ ਗਿਆ ਡੈਟਰ ਮੈਂ ਤੁਹਾਨੂੰ ਟਰਮ ਸਮਝਾਈ ਸੀ ਟਰਮਸ ਦੇ ਵਿੱਚ ਤਾਂ ਰਾਮ ਸਾਡਾ ਕੀ ਬਣ ਗਿਆ ਰਾਮ ਸਾਡਾ ਡੈਟਰ ਬਣ ਗਿਆ ਭਾਵ RAM ਤੋਂ ਅਸੀਂ 7000 ਰੁਪਏ ਲੈਣੇ ਹੋਗੇ RAM ਸਾਡਾ ਬਣ ਗਿਆ ਡੈਟਰ ਤੇ ਹੁਣ ਇਹ ਇੱਕ ਸਿਚੁਏਸ਼ਨ ਵੱਖਰੀ ਅਮਰਜ ਹੋਗੀ ਕਿ ਜਦੋਂ RAM ਨੂੰ ਉਧਾਰ ਵਸਤੂਆਂ ਵੇਚੀਆਂ ਨੇ ਇਹਦੂੰ ਅਗਲੀ ਸਿਚੁਏਸ਼ਨ ਅਗਲੀ ਅਸੀਂ ਬਣਾ ਦਈਏ ਬਿਲਕੁਲ ਇਹਨੂੰ ਹੋਰ ਆਪਾਂ ਦੇ ਦਈਏ ਇਸ ਚੋਂ ਮੈਂ RAM ਵੀ ਕੱਟ ਦਿਆਂ RAM ਵੀ ਕੱਟ ਦਿਆਂ ਤੇ ਇੱਥੇ ਮੈਂ ਲਿਖ ਦਿਆਂ goods worth rupees 7000 were sold on credit 7000 rupaye diyan vastuan udhaar vechiyan ik gal ta clear hogi vechya ki hai goods gaiyan ne real account hai ga haan real account hai ga sale ta hogi hun naam nahi hai ga sale kinu hui hai jive main purchase vele keha si je naam na hove supplier nu kar lo hun itthe ki hai hun hi dass ke hateya tonu डेटर्स सेल ਕਿਨੂੰ ਕੀਤੀ ਜਾਂਦੀ ਆ ਡੈਟਰਸ ਨੂੰ ਕੀਤੀ ਜਾਂਦੀ ਆ ਜਿੰਨਾ ਤੁਸੀ ਪੈਸੇ ਲੈਣੇ ਆ ਜੇ ਸਾਨੂੰ ਕੁਝ ਵੀ ਨਹੀਂ ਦੱਸਿਆ ਕਿ ਅਸੀਂ 7000 ਦੇ ਉਧਾਰ ਕਿਨੂੰ ਵਸਤੂਆਂ ਵੇਚੀਆਂ ਨੇ ਤਾਂ ਅਸੀਂ ਕੀ ਕਰ ਸਕਦੇ ਆ ਐਂਟਰੀ ਕਰ ਸਕਦੇ ਆ ਡੈਟਰਸ ਅਕਾਊਂਟ ਡੈਬਿਟ ਟੂ ਸੇਲਜ਼ ਅਕਾਊਂਟ ਉਹ ਮੇ 7000 ਰੁਪਿਆ ਸੀ ਸਾਹਮਣੇ ਦੋਨੇ ਪਾਸੇ ਪਾ ਦਾਂਗੇ ਡੈਟਰਸ ਅਕਾਊਂਟ ਡੈਬਿਟ ਟੂ ਸੇਲਸ ਅਕਾਊਂਟ ਨਰੇਸ਼ਨ ਬੜੀ ਸੌਖੀ ਬਣ ਜੂਗੀ ਬੀਇੰਗ ਗੁੱਡਸ ਸੋਲਡ ਔਨ ਕ੍ਰੈਡਿਟ ਉਧਾਰ ਵਸਤੂਆਂ ਵੇਚੀਆਂ ਸਾਡੇ ਡੈਟਰ ਵਧ ਗਏ ਡੈਟਰ ਬਣ ਗਏ 7000 ਰੁਪਏ ਸੀ ਇਹਨਾਂ ਤੋਂ ਲੈਣਾ ਹੋ ਗਿਆ ਹੁਣ ਇਸ ਤੋਂ ਅੱਗੇ ਚੱਲਦੇ ਆਪਾਂ ਹੁਣ ਮੈਂ ਤੁਹਾਨੂੰ ਜਿਹੜੀ ਸਿਚੁਏਸ਼ਨ ਦੱਸ ਰਿਹਾ ਹਾਂ ਹੁਣ ਮੈਂ ਸਿਚੁਏਸ਼ਨ ਇਹ ਦੱਸ ਰਿਹਾ ਕਿ ਜਿਹੜਾ ਰਾਮ ਹੈ ਉਹਦਾ ਬਿਜ਼ਨਸ ਹੈ ਜੀ ਕਹਦਾ ਫਰਨੀਚਰ ਦਾ RAM ਦਾ ਬਿਜ਼ਨਸ ਕਹਦਾ ਫਰਨੀਚਰ ਦਾ ਇਹਦਾ ਮਤਲਬ ਹੁਣ ਜੇ RAM ਦਾ ਫਰਨੀਚਰ ਦਾ ਬਿਜ਼ਨਸ ਆ ਤਾਂ ਫਰਨੀਚਰ ਸਾਡੇ ਕੋਲ ਕੀ ਬਣ ਜੂਗਾ ਫਰਨੀਚਰ ਬਣ ਜੂ ਗੁੱਡਸ ਤੇ ਸਾਡੇ ਕੋਲ ਸਟੇਟਮੈਂਟ ਆ ਜਾਂਦੀ ਆ ਕੀ ਸਟੇਟਮੈਂਟ ਆਉਂਦੀ ਆ ਕਿ ਫਰਨੀਚਰ ਫਾਰ ਰੂਪੀ 5000 ਸੋਲਡ 5000 ਰੁਪਏ ਦਾ ਫਰਨੀਚਰ ਵੇਚਿਆ ਅਕਾਊਂਟ ਕਿਹੜੇ ਇਨਵੋਲਵ ਹੋਗੇ ਦੋ ਇੱਕ ਫਰਨੀਚਰ ਇੱਕ ਕੈਸ਼ ਕੈਸ਼ ਆ ਗਿਆ ਫਰਨੀਚਰ ਗਿਆ ਪਰ ਫਰਨੀਚਰ ਕਿਉਂ ਕਿ ਇੱਥੇ ਕੀ ਹੈ ਗੁੱਡਸ ਹੈ ਤਾਂ ਗੁੱਡਸ ਜਦੋਂ ਵੀ ਵੇਚਿਆ ਜਾਣਗੇ ਉਹਨੂੰ ਅਸੀਂ ਚੀਜ਼ ਦਾ ਨਾਮ ਨਹੀਂ ਲਿਖਣਾ ਐਸਿਡ ਦਾ ਨਾਮ ਨਹੀਂ ਲਿਖਣਾ ਸਟਾਕ ਦਾ ਨਾਮ ਨਹੀਂ ਲਿਖਣਾ ਫਿਰ ਅਸੀਂ ਕੀ ਕਰਾਂਗੇ ਸਾਡੇ ਕੋਲੇ ਕੈਸ਼ ਆ ਗਿਆ ਐਂਟਰੀ ਅਸੀਂ ਕਰ ਦਾਂਗੇ ਕੈਸ਼ ਅਕਾਊਂਟ ਡੈਬਿਟ ਤੇ ਸੁਖਾਲਾ ਗੱਲ ਆ ਟੂ ਕੀ ਕਰ ਦਿਆਂਗੇ ਸੇਲਜ਼ ਅਕਾਊਂਟ ਓਨੇ ਪੈਸਿਆਂ ਨਾਲ 5000 ਰੁਪਏ ਡੈਬਿਟ ਚ ਪਾ ਦਾਂਗੇ 5000 ਰੁਪਏ ਅਸੀਂ ਕ੍ਰੈਡਿਟ ਚ ਪਾ ਦਾਂਗੇ ਐਂਟਰੀ ਹੋ ਗਈ ਸਾਡੀ ਕੈਸ਼ ਅਕਾਊਂਟ ਡੈਬਿਟ ਟੂ ਸੇਲਜ਼ ਅਕਾਊਂਟ ਨਰੇਸ਼ਨ ਲਿਖ ਦਾਂਗੇ ਬੀਇੰਗ ਗੁੱਡ ਸੋਲਡ ਔਨ ਕ੍ਰੈਡਿਟ ਫਰਨੀਚਰ ਨਹੀਂ ਲਿਖਣੀ ਲੋੜ ਕਿਉਂ ਕਿਉਂਕਿ ਫਰਨੀਚਰ ਕੀ ਹੈ ਸਾਡਾ ਇੱਥੇ ਗੁੱਡਸ ਬਣਿਆ ਹੋਇਆ ਹੈਗਾ ਫਰਨੀਚਰ ਉਹ ਚੀਜ਼ ਆ ਜਿਸ ਦਾ ਅਸੀਂ ਵਪਾਰ ਕਰਦੇ ਆ ਜਿਸ ਨੂੰ ਵੇਚਿਆ ਜਾਂਦਾ ਔਰ ਇਸ ਤੋਂ ਅੱਗੇ ਹੁਣ ਆਪਾਂ ਅਗਲੀ ਐਂਟਰੀ ਕਰਦੇ ਅਗਲੀ ਸਾਡੀ ਜਿਹੜੀ ਮੈਂ ਸਿਚੁਏਸ਼ਨ ਤੁਹਾਨੂੰ ਸਾਂਝੀ ਕਰਨੀ ਆ ਉਹ ਹੁਣ ਹੈਗੀ ਆ ਸੇਲ ਆਫ ਐਸੈਟ ਸੇਲ ਆਫ ਐਸੈਟ ਸੇਲ ਆਫ ਇਹ ਨਹੀਂ ਵੀ ਗੁੱਡਸ ਐਸੈਟ ਨਹੀਂ ਹੁੰਦੀਆਂ ਗੁੱਡਸ ਵੀ ਐਸੈਟ ਨੇ ਇਹ ਕਿਹੜੀਆਂ ਐਸੈਟ ਨੇ ਕਰੰਟ ਐਸੈਟਸ ਨੇ ਜਿਹੜਾ ਵੀ ਸਾਡਾ ਸਟਾਕ ਹੈ ਉਹ ਕਰੰਟ ਐਸੈਟ ਆ ਕਰੰਟ ਐਸੈਟ ਕੀ ਹੁੰਦੀ ਆ ਜਿਹੜੀ ਚੀਜ਼ ਦਾ ਅਸੀਂ ਵਪਾਰ ਕਰਦੇ ਆਂ ਦੈਟ ਬਿਕਮਸ ਕਰੰਟ ਸਟਾਕ ਕਰੰਟ ਐਸੈਟ ਜਿਹੜੀ ਸਾਲ ਦੇ ਵਿੱਚ ਨਾਰਮਲੀ ਵੇਚੀ ਜਾਂਦੀ ਆ ਜਿਹਦਾ ਸਾਈਕਲ ਪੂਰਾ ਹੋ ਜਾਂਦਾ ਖਰੀਦ ਵੇਚ ਖਰੀਦ ਵੇਚ ਲਗਾਤਾਰ ਹੁੰਦੀ ਰਹਿੰਦੀ ਆ ਇੱਥੇ ਜਦੋਂ ਮੈਂ ਸੇਲ ਆਫ ਐਸੈਟ ਦੀ ਗੱਲ ਕਰਾਂਗਾ ਇਹ ਸੇਲ ਆਫ ਐਸੈਟ ਹੈਗੀ ਆ ਫਿਕਸਡ ਐਸੈਟ ਹੁਣ ਸਾਡਾ ਸੁਪੋਜ਼ ਬਿਜ਼ਨਸ ਹੈਗਾ ਕੱਪੜੇ ਦਾ ਬੇਨਸਾ ਗਿਆ ਕੱਪੜੇ ਦਾ ਅਸੀਂ ਕੀ ਕੀਤਾ ਆਪਣਾ ਫਰਨੀਚਰ ਵੇਚਤਾ ਅਸੀਂ ਐਂਟਰੀ ਪਾ ਦਈਏ ਉਹੀ ਐਂਟਰੀ ਨੂੰ ਜੇ ਫੇਰ ਲਿਆਵਾਂ ਫਰਨੀਚਰ ਫॉर ਰੁਪੀਸ 5000 ਸੋਲਡ 5000 ਰੁਪਏ ਦਾ ਫਰਨੀਚਰ ਵੇਚਿਆ ਹੁਣ ਸਾਡੇ ਕੋਲ ਕੀ ਕੀ ਕਾਊਂਟ ਆਨਵੋਲਵ ਹੋ ਗਏ ਇੱਕ ਫਰਨੀਚਰ ਹੋ ਗਿਆ ਇੱਕ ਹੋ ਗਿਆ ਕੈਸ਼ ਦੋਨੇ ਕੀ ਨੇ ਰੀਅਲ ਅਕਾਊਂਟ ਨੇ ਕੈਸ਼ ਆਇਆ ਫਰਨੀਚਰ ਗਿਆ ਰੂਲ ਕੀ ਹੈ डेबिट बट ਕਮਸ ਇਨ ਕ੍ਰੈਡਿਟ ਬਟ ਗੋਜ਼ ਆਊਟ ਤਦ ਬੜਾ ਸੌਖੀ ਜੀ ਗੱਲ ਬਣ ਗਈ ਜੋ ਚੀਜ਼ ਆਈ ਹੈ ਆਇਆ ਕੀ ਹੈ ਕੈਸ਼ ਐਂਟਰੀ ਕਰ ਦਿਓ ਕੈਸ਼ ਕਾਊਂਟ ਡੈਬਿਟ ਟੂ ਗਿਆ ਕੀ ਹੈ ਹੁਣ ਟੂ ਫਰਨੀਚਰ ਅਕਾਊਂਟ 5 5000 ਰੁਪਏ ਡੈਬਿਟ ਕ੍ਰੈਡਿਟ ਦੋਨੇ ਪਾਸੇ ਅਸੀਂ ਪਾ ਦੇਵਾਂਗੇ ਹੁਣ ਇੱਥੇ ਅਸੀਂ ਫਰਨੀਚਰ ਪਾਇਆ ਫਰਨੀਚਰ ਕਿਉਂ ਪਾਇਆ ਕਿਉਂਕਿ ਫਰਨੀਚਰ ਇੱਥੇ ਫਿਕਸਡ ਐਸਟ ਹੈ ਫਰਨੀਚਰ ਗੁੱਡਸ ਨਹੀਂ ਹੈਗਾ ਨਰੇਸ਼ਨ ਲਿਖੀ ਜਾਊਗੀ ਬੀਇੰਗ ਫਰਨੀਚਰ ਸੋਲਡ ਫਾਰ ਕੈਸ਼ ਰੁਪੀਸ 5000 ਕਿ 5000 ਰੁਪਏ ਦਾ ਜਿਹੜਾ ਫਰਨੀਚਰ ਸੀ ਉਹ ਅਸੀਂ ਨਗਦ ਵੇਚਿਆ ਤੇ ਜੇ ਹੁਣ ਇੱਥੇ ਐਂ ਪੈ ਜੇ ਫਰਨੀਚਰ ਫਾਰ ਰੁਪੀਸ 5000 ਸੋਲਡ ਟੂ ਮਿਸਟਰ ਏ ਕਿ 5000 ਰੁਪਏ ਦਾ ਫਰਨੀਚਰ ਮਿਸਟਰ ਏ ਨੂੰ ਵੇਚਿਆ ਇਹਦਾ ਮਤਲਬ ਹੁਣ ਕਲੈਰਿਟੀ ਹੋ ਗਈ ਕਿ ਮੰਨਾਂਗੇ ਕੀ ਮੰਨਾਂਗੇ ਕਿ ਸਾਨੂੰ ਕਿਤੇ ਕੈਸ਼ ਨਹੀਂ ਲਿਖਿਆ ਇਹਦਾ ਮਤਲਬ ਮਿਸਟਰ A ਨੂੰ ਕੀ ਕੀਤਾ ਸੀ ਫਰਨੀਚਰ ਉਧਾਰ ਵੇਚਿਆ ਹੁਣ ਅਕਾਊਂਟ ਕਿਹੜੇ ਕਿਹੜੇ ਇਨਵੋਲਵ ਹੋਗੇ ਇੱਕ ਫਰਨੀਚਰ ਇੱਕ A ਫਰਨੀਚਰ ਕਿਹੜਾ ਅਕਾਊਂਟ ਆ ਰੀਅਲ ਅਕਾਊਂਟ ਆ A ਕਿਹੜਾ ਅਕਾਊਂਟ ਆ ਪਰਸਨਲ ਅਕਾਊਂਟ ਆ ਪਰਸਨਲ ਅਕਾਊਂਟ ਚ ਰੂਲ ਕੀ ਆ ਡੈਬਿਟ ਦਾ ਰਸੀਵਰ ਕ੍ਰੈਡਿਟ ਦਾ ਗੀਵਰ A ਹੁਣ ਇੱਥੇ ਕੀ ਬਣ ਗਿਆ ਰਸੀਵਰ ਬਣ ਗਿਆ ਤੇ ਰੀਅਲ ਅਕਾਊਂਟ ਚ ਕੀ ਆ ਡੈਬਿਟ ਬਟ ਕਮਜ਼ ਇਨ ਕ੍ਰੈਡਿਟ ਬਟ ਗੋਜ਼ ਆਊਟ ਫਰਨੀਚਰ ਸਾਡੇ ਕੋਲੋਂ ਜਾ ਰਿਹਾ ਹੁਣ ਸਾਡੀ ਐਂਟਰੀ ਕੀ ਬਣ ਜੂਗੀ ਹੁਣ ਸਾਡਾ ਰਿਸਿਵਰ ਨੂੰ ਅਸੀਂ ਕੀ ਕਰਦਾਂਗੇ ਏ ਮਿਸਟਰ ਏ ਅਕਾਊਂਟ ਏ ਦਾ ਅਕਾਊਂਟ ਅਸੀਂ ਡੈਬਿਟ ਕਰਤਾ ਟੂ ਫਰਨੀਚਰ ਕਰਤਾ ਐਂਟਰੀ ਕਰ ਦਾਂਗੇ ਏ ਅਕਾਊਂਟ ਡੈਬਿਟ ਟੂ ਫਰਨੀਚਰ ਨਰੇਸ਼ਨ ਲਿਖ ਦਾਂਗੇ ਬੀਇੰਗ ਫਰਨੀਚਰ ਸੋਲਡ ਔਨ ਕ੍ਰੈਡਿਟ ਟੂ ਮਿਸਟਰ ਏ ਹੁਣ ਏ ਸਾਡਾ ਕੀ ਬਣ ਗਿਆ ਏ ਸਾਡਾ ਡੈਟਰ ਬਣ ਗਿਆ ਇਸੇ ਤਰ੍ਹਾਂ ਤੁਸੀਂ ਕੋਈ ਵੀ ਹੋਰ ਐਸਟ ਵੇਚਦੇ ਹੋ ਕੋਈ ਵੀ ਹੋਰ ਐਸਟ ਜੇ ਮਸ਼ੀਨਰੀ 베ਚੀ ਕੈਸ਼ ਟੂ ਮਸ਼ੀਨਰੀ ਜੇ ਉਧਾਰ 베ਚਤੀ ਡੈਟਰਸ ਟੂ ਮਸ਼ੀਨਰੀ ਜੇ ਲੈਂਡ ਐਂਡ ਬਿਲਡਿੰਗ 베ਚੀ ਆ ਕੈਸ਼ ਅਕਾਊਂਟ ਡੈਬਿਟ ਟੂ ਲੈਂਡ ਐਂਡ ਬਿਲਡਿੰਗ ਜੇ ਉਧਾਰ 베ਚਤੀ ਡੈਟਰਸ ਅਕਾਊਂਟ ਡੈਬਿਟ ਟੂ ਲੈਂਡ ਐਂਡ ਬਿਲਡਿੰਗ ਇਦਾਂ ਕੋਈ ਮੋਟਰ ਕਾਰ 베ਚਦੀ ਕੈਸ਼ ਅਕਾਊਂਟ ਡੈਬਿਟ ਟੂ ਮੋਟਰ ਕਾਰ ਕੋਈ ਵੀ ਐਸਟ 베ਚੀ ਆ ਡੈਬਿਟ ਬਟ ਕਮਜ਼ ਇਨ ਕ੍ਰੈਡਿਟ ਬਟ ਗੋਜ਼ ਆਊਟ ਕੋਲੇ ਕੀ ਆ ਰਿਹਾ ਕੈਸ਼ ਆ ਰਿਹਾ ਜਾਂ ਡੈਟਰਸ ਹੈਗੇ ਨੇ ਤੇ ਦੂਜੇ ਪਾਸੇ ਜਿਹੜੀ ਐਸਟ ਜਾ ਰਹੀ ਆ ਉਹਨੂੰ ਅਸੀਂ ਕ੍ਰੈਡਿਟ ਕਰ ਦਿਆਂ ਬਾਰੇ ਔਰ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਵਿਚਾਰਨਾ ਹੈ ਔਰ ਆਪਣੀ ਜਿਹੜੀ ਵੀ ਤੁਹਾਡੇ ਟੀਚਰ ਸਰਬਾਨ ਨੇ ਕਿਤਾਬ ਰਿਕਮੈਂਡ ਕੀਤੀ ਹੈ ਉਹਦੇ ਵਿੱਚੋਂ ਸੇਲ ਨਾਲ ਸੰਬੰਧਿਤ ਹੋਰ ਡਿਟੇਲਸ ਦੇਖੋ ਅਗਲੇ ਲੈਕਚਰ ਦੇ ਵਿੱਚ ਮੈਂ ਅਗਲੀਆਂ ਜਰਨਲ ਐਂਟਰੀਆਂ ਕਰਾਂਗਾ ਤੇ ਯਾਦ ਰੱਖਿਓ ਸਾਡਾ ਸਿਰਜਣਾ ਟੀਵੀ YouTube ਦੇ ਉੱਤੇ ਤੁਸੀਂ ਸਬਸਕ੍ਰਾਈਬ ਕਰਨਾ ਨੋਟੀਫਿਕੇਸ਼ਨ ਬੈਲ ਜ਼ਰੂਰ ਦਬਾਉਣੀ ਹੈ ਕਿਉਂਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇਗੀ ਉਹ ਤੁਹਾਡੇ ਕੋਲੇ ਪਹੁੰਚਦੀ ਰਹੇ ਸਟੇ ਬLESSED ਸਟੇ ਹੈਪੀ ਗੋਡ ਬLESSED ਯੂ ਆਲ